ਦਿੱਲੀ ਕਟੜਾ ਹਾਈਵੇਅ ਇੱਥੇ ਰੁਕਾਵਟ ਬਣ ਰਹੀ ਹੈ ਕਿਸਾਨ ਜਥੇਬੰਦੀ ਪੰਜਾਬ ਸਰਕਾਰ ਮਰਦਾਬਾਦ 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 ਹਾਈਵੇਅ ਵਾਲੇ ਆਏ ਇਹਨਾਂ ਨੂੰ ਕਬਜ਼ਾ ਅਸੀਂ ਦੇ ਦਿੱਤਾ ਕੱਲ ਕੰਮ ਚੱਲਦਾ ਰਿਹਾ 2 ਘੰਟੇ ਤੱਕ ਉਸ ਤੋਂ ਬਾਅਦ ਕੁਝ ਅਣਪਛਾਤੇ ਬੰਦੇ ਆ ਆਪਾਂ ਨਹੀਂ ਜਾਣਦੇ ਕੌਣ ਨੇ ਉਹ ਆਣ ਕੇ ਉਹਨਾਂ ਨੇ ਮਤਲਬ ਚੱਲਦੇ ਕੰਮ ਦੇ ਵਿੱਚ ਵਿਘਨ ਪਾ ਕੇ ਉੱਥੇ ਉਹ ਆਪਣਾ ਚਾਦਰ ਵਿਛਾ ਕੇ ਬੈਠ ਗਏ ਆ ਸਾਡੇ ਮਾਂਜੂਰ ਰੋਸ ਤੋਂ ਧਰਨਾ ਦੇਣਾ ਤੇ ਸੜਕ ਤੇ ਜਾ ਕੇ ਦਿਓ ਚਾਹੇ ਕਿਤੇ ਤੁਸੀਂ ਮਹਿਕਮੇ ਨਾਲ ਜਾ ਕੇ ਗੱਲ ਕਰੋ ਜਿਹੜੇ ਇੱਥੇ ਬੈਠੇ ਨੇ ਇਨਸਾਨ ਇਹਨਾਂ ਵਿੱਚ ਇੱਕ ਵੀ ਬੰਦਾ ਉਹ ਨਹੀਂ ਕਿ ਜਿਹੜਾ ਜ਼ਮੀਨ ਦਾ ਮਾਲਕ ਹੋਵੇ ਇਹ ਅਨਨੋਨ ਪਿੰਡਾਂ ਤੋਂ ਬੰਦੇ ਆਏ ਨੇ ਪਤਾ ਨਹੀਂ ਕੌਣ ਨੇ ਔਰ ਉਹ ਕਹਿ ਰਹੇ ਤੁਸੀਂ ਤੇ ਗੁੰਮਰਾਹ ਹੋ ਗਏ ਜਿਹੜੇ ਭਰਾ ਸਰਕਾਰ ਦੇ ਹੱਥੀਂ ਚੜ ਕੇ ਗੱਲਾਂ ਕਰ ਰਹੇ ਆ ਅਸੀਂ ਉਹਨਾਂ ਨੂੰ ਤੁਹਾਡੇ ਮਾਦੀਮ ਰਾਹੀਂ ਹੱਥ ਜੋੜਦੇ ਆ ਆਪਣੀ ਲੈਣ ਦੇਤੇ ਆ ਜਾਓ ਆਪਣੇ ਭਰਾਵਾਂ ਦਾ ਸੰਯੋਗ ਦਿਓ ਉਹ ਆਪਣੀ ਜ਼ਮੀਨ ਐਕਵਾਇਰ ਇਹਨਾਂ ਨੇ ਕੀਤੀ ਜਾ ਚੁੱਕੀ ਜੇ ਕੋਈ ਰੇਟ ਦਾ ਫਰਕ ਇਹਨਾਂ ਨੂੰ ਲੱਗਦਾ ਤੇ ਆਪਣੇ ਉੱਥੇ ਜਾ ਕੇ ਧਰਨਾ ਦੇਣ ਸਾਡੀ ਪਰਸਨਲ ਮਾਲਕੀ ਦੇ ਵਿੱਚ ਥੋੜੀ ਆਣ ਕੇ ਬੈਠ ਕੇ ਤੇ ਮਤਲਬ ਚਾਦਰ-ਵਚਾ ਕੇ ਸਾਨੂੰ ਗੁੰਮਰਾਹ ਕਰਨ ਦੇ ਉਹ ਭਰਾ ਆਪਣੀ ਸਮਝ ਚੋਂ ਗੱਲਾਂ ਕਰਦੇ ਪਏ ਆ ਸਾਨੂੰ ਕੱਲੇ ਕੱਲੇ ਕਿਸਾਨ ਦਾ ਫਿਕਰ ਆ ਸਾਨੂੰ ਕੋਈ ਇਹਦੇ ਵਿੱਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਕਬਜ਼ਾ ਦੇ ਤਾ ਕੱਲ ਦਾ ਉਹ ਆਪਣਾ ਕੰਮ ਜੂ ਕਰਨਾ ਹਾਈਵੇ ਵਾਲੇ ਜੋ ਮਰਜ਼ੀ ਕਰਨ ਕੋਹਦੇ ਚੀਅ ਹੈ ਉਹ ਪਤਾ ਨਹੀਂ ਕੀ ਚਾਹੁੰਦੇ ਆ ਸਾਨੂੰ ਤੇ ਕੋ ਪਤਾ ਨਹੀਂ ਕੀ ਚਾਹੁੰਦੇ ਆ ਜੀ ਐ ਹੀ ਨਹੀਂ ਕੋ ਚਾਹੁੰਦੇ ਧਰਨੇ ਲਾਉਣਾ ਕੰਮ ਰੋਕਣਾ ਸਾਡਾ ਕੋਈ ਸ਼ੌਕ ਨਹੀਂ ਇਹ ਸਰਕਾਰਾਂ ਦੀ ਦੇਣ ਆ ਸਾਡੇ ਨਾਲ ਤਰਸ ਕਰਨ ਦੀ ਲੋੜ ਨਹੀਂ ਆਪੋ ਆਪਣੇ ਘਰੀ ਆ ਜਿਹੜਾ ਬੰਦਾ ਮੌਜਾ ਲੈ ਗਿਆ ਉਹਦੇ ਖਿਲਾਫ ਸਾਡਾ ਧਰਨਾ ਨਹੀਂ ਸਾਡਾ ਤੇ ਸਰਕਾਰ ਦੇ ਖਿਲਾਫ ਧਰਨਾ ਆ ਸਾਨੂੰ ਨਹੀਂ ਪਤਾ ਬੰਦੇ ਕੌਣ ਆ ਜਿਹੜੇ ਕਲੇਸ਼ ਕਰ ਰਹੇ ਆ ਜੇ ਕਹੇ ਕੈਨਸਲ ਹੁੰਦਾ ਮੌਜਾ ਦੀ ਗੱਲ ਅੱਜ ਕਸੂਰਵਾਰ ਕੌਣ ਕਸੂਰਵਾਰ ਇਹੀ ਬੰਦੇ ਨੇ ਜੀ ਜਿਹੜੇ ਰੋਕ ਰਹੇ ਆ ਜਿਹੜੇ ਤਦਰੀਆਂ ਲੈ ਕੇ ਬੈਠੇ ਸਾਡਾ ਕਰੋੜਾਂ ਨੁਕਸਾਨ ਉਹਦਾ ਕੌਣ ਜ਼ਿੰਮੇਵਾਰ ਹੈ ਦੇਣਗੇ ਕੋਲੋਂ ਉਹ ਚਾਰ ਕਿ ਜਾਣੇ ਰਾਤ ਸੀਗੇ ਬਹਿ ਗਏ ਤਾਰੂਬਿੰਦੇਰੇ ਆ ਤੇ ਇਹਨਾਂ ਦਾ ਕੰਮ ਹੈ ਇਹ ਕੋਈ 8 10 ਮਹੀਨੇ ਹੋ ਗਿਆ ਹੱਲ ਨਿਕਲ ਗਿਆ ਸਰਕਾਰ ਬਿਲਕੁਲ ਮੰਨੇਗੀ ਅਸੀਂ ਕਦੀ ਵੀ ਅਣਖ ਦਾ ਸਵਾਲ ਬਣਾ ਕੇ ਲੜਾਈ ਨਹੀਂ ਲੜਾਂ ਦਿੱਲੀ ਕਟੜਾ ਹਾਈਵੇ ਰੋਡ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੋਗ ਮੁਆਵਜ਼ਾ ਨਾ ਮਿਲਣ ਨੂੰ ਲੈ ਕੇ ਰੋਸ ਤਰਨਾ ਪ੍ਰੋਟੈਸਟ ਪਿਛਲੇ ਡੇਢ ਸਾਲ ਤੋਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਆ ਅਸੀਂ ਉਹਨਾਂ ਕੋ ਜਾਣਦੇ ਹਾਂ ਦਿੱਲੀ ਕਟੜਾ ਪ੍ਰੋਜੈਕਟ ਇਹਦੇ ਵਿੱਚ ਉਹ ਰੁਕਾਵਟ ਬਣ ਰਹੇ ਨੇ ਕਿ ਜਾਂ ਫਿਰ ਕੋਈ ਉਹਨਾਂ ਦਾ ਗਿੱਲਾ ਜਿਹੜਾ ਸਰਕਾਰ ਪੂਰਾ ਨਹੀਂ ਕਰ ਰਹੀ ਇਸ ਪਾਸੇ ਤੋਂ ਅੰਮ੍ਰਿਤਸਰ ਔਰ ਇਸ ਪਾਸੇ ਉਹਨਾ ਹਾਈਵੇ ਇਸੇ ਹੀ ਜਗ੍ਹਾ ਤੋਂ ਨਿਕਲਣਾ ਔਰ ਉਸ ਪਾਸੇ ਤੋਂ ਆਣੇ ਦਿੱਲੀ ਕਟੜਾ ਰੋਡ ਦਾ ਔਰ ਇਸ ਸਾਈਡ ਤੋਂ ਹੁੰਦਾ ਹੋਇਆ ਜੀ ਐਂਡ ਕੇ ਨੂੰ ਜਾਣਾ ਯਾਨੀ ਕਟੜੇ ਨੂੰ ਜਾਣਾ ਔਰ ਇਹ ਜੋ ਜਗਾ ਤੁਸੀਂ ਦੇਖ ਰਹੇ ਹੋ ਜਿੱਥੇ ਟੈਂਟ ਵੀ ਲੱਗਾ ਹੈ ਜਿਸ ਜਗ੍ਹਾ ਤੇ ਵਿਵਾਦ ਹੋਈ ਹੈ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਉਨਾ ਔਰ ਦਿੱਲੀ ਕਟੜਾ ਹਾਈਵੇ ਦੀ ਕਰਾਸਿੰਗ ਹੋਣੀ ਹੈ ਔਰ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਕਿ ਇਹ ਵਾਲੀ ਜਿਹੜੀ ਹੱਦ ਬੰਦੀ ਕੀਤੀ ਗਈ ਹੈ ਇਹ ਐਕਵਾਇਰ ਕੀਤੀ ਗਈ ਜ਼ਮੀਨ ਦੀ ਹੈ ਯਾਨੀ ਕਿ ਇਹ ਜ਼ਮੀਨ ਐਕਵਾਇਰ ਹੋ ਚੁੱਕੀ ਹੈ ਹਾਈਵੇ ਵਾਲਿਆਂ ਨੇ ਇਹ ਜ਼ਮੀਨ ਐਕਵਾਇਰ ਕਰ ਲਈ ਹੈ ਔਰ ਇਸ ਪਾਸੇ ਦੀ ਜ਼ਮੀਨ ਦਾ ਮੁਆਵਜ਼ਾ ਇਸ ਪਾਸੇ ਦੀ ਜ਼ਮੀਨ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾ ਚੁੱਕਾ ਹੈ ਔਰ ਉਹਦੇ باوجود ਵੀ ਜਥੇਬੰਦੀਆਂ ਵੱਲੋਂ ਧਰਨਾ ਲਗਾਇਆ ਗਿਆ ਸਿੰਦਰਜੀਤ ਸਿੰਘ ਜੀ ਇਹ ਜਿਹੜੀ ਜਗ੍ਹਾ ਹੈ ਜਿੱਥੇ ਨਿਸ਼ਾਨਦੇਹੀ ਹੋਈ ਹੈ ਇਹ ਜਗ੍ਹਾ ਕਿਹਦੀ ਹੈ ਇਹ ਜਗ੍ਹਾ ਸਾਡੀ ਕਿਸਾਨਾਂ ਦੀ ਇਹ ਜਗ੍ਹਾ ਇਹਨਾਂ ਦੀ ਹੈ ਸਰਦਾਰ ਆਜਾਦਵਿੰਦਰ ਸਿੰਘ ਜੀ ਦੀ ਇਹ ਜਿਹੜੀ ਮੇਰੀ ਜਗ੍ਹਾ ਆ ਉਹ ਜਿੱਥੇ ਟੈਂਟ ਲਾਇਆ ਹੋਇਆ ਉਹ ਮੇਰੀ ਮਾਲਕੀ ਹੈ ਅੱਛਾ ਜੀ ਹਾਂਜੀ ਉਹ ਕੱਲ ਇਹਨਾਂ ਨੂੰ ਕਬਜ਼ਾ ਅਸੀਂ ਹਾਈਵੇ ਵਾਲੇ ਆਏ ਇਹਨਾਂ ਨੂੰ ਕਬਜ਼ਾ ਅਸੀਂ ਦੇ ਦਿੱਤਾ ਕੱਲ ਕੰਮ ਚੱਲਦਾ ਰਿਹਾ 2 ਘੰਟੇ ਤੱਕ ਉਸ ਤੋਂ ਬਾਅਦ ਕੁਝ ਅਣਪਛਾਤੇ ਬੰਦੇ ਆ ਆਪਾਂ ਨਹੀਂ ਜਾਣਦੇ ਕੌਣ ਨੇ ਉਹ ਆਣ ਕੇ ਉਹਨਾਂ ਨੇ ਮਤਲਬ ਚੱਲਦੇ ਕੰਮ ਦੇ ਵਿੱਚ ਵਿਘਨ ਪਾ ਕੇ ਉੱਥੇ ਉਹ ਆਪਣਾ ਚਾਦਰ ਵਿਛਾ ਰ ਵਿਛਾ ਕੇ ਬੈਠ ਗਏ ਆ ਉਹਨਾਂ ਨਾਲ ਆਪਾਂ ਵੀ ਦੋ ਵਾਰੀ ਗੱਲ ਕੀਤੀ ਵੀ ਇੱਥੋਂ ਤੁਸੀਂ ਆਪਣਾ ਜਿਹੜਾ ਵਾ ਤੁਸੀਂ ਦੱਸੋ ਜੇ ਕੋਈ ਤੁਸੀਂ ਤੁਹਾਡੇ ਮਾਂਜ ਕੋ ਰੋਜ਼ ਕੋ ਧਰਨਾ ਦੇਣਾ ਤੁਸੀਂ ਸੜਕ ਤੇ ਜਾ ਕੇ ਦਿਓ ਚਾਹੇ ਕਿਤੇ ਤੁਸੀਂ ਮਹਿਕਮੇ ਨਾਲ ਜਾ ਕੇ ਗੱਲ ਕਰੋ ਅਸੀਂ ਮੌਕੇ ਤੇ ਖਲੋ ਕੇ ਆਪ ਮਾਲਕ ਖੁਦ ਸਾਰੇ ਇੱਕ ਨਹੀਂ ਇਹ ਚਾਰ ਪਿੰਡਾਂ ਦੇ ਮਾਲਕ ਨੇ ਜੀ ਬਕਾਇਦਾ ਪੰਚਾਇਤ ਵੱਲੋਂ ਮਤਾ ਪਾ ਕੇ ਮਤਾ ਦਿੱਤਾ ਹੋਇਆ ਜੀ ਜੀ ਆ ਮਤਾ ਜ਼ਰੂਰ ਦਿਖਾਓ ਮਤੇ ਦੇ ਪਿੱਛੇ ਪੰਚਾਇਤ ਸਰਪੰਚ ਦੇ ਸਾਈਨ ਮੈਂਬਰਾਂ ਦੇ ਸਾਈਨ ਤੇ ਪਲੱਸ ਜਿਨ੍ਹਾਂ ਦੀ ਵਿੱਚ ਜ਼ਮੀਨ ਐਕਵਾਇਰ ਹੋ ਚੁੱਕੀ ਆ ਇਸ ਮਹਿਕਮੇ ਦੇ ਵਿੱਚ ਉਹਨਾਂ ਦੇ ਨਾਲ ਸਿਗਨੇਚਰ ਨੇ ਆ ਪਿੱਛੇ ਜਿਹੜੇ ਇੱਥੇ ਬੈਠੇ ਨੇ ਇਨਸਾਨ ਇਹਨਾਂ ਵਿੱਚ ਇੱਕ ਵੀ ਬੰਦਾ ਉਹ ਨਹੀਂ ਕਿ ਜਿਹੜਾ ਜ਼ਮੀਨ ਦਾ ਮਾਲਕ ਹੋਵੇ ਕਈ ਕੋਈ ਇਹ ਅਨਨੋਨ ਪਿੰਡਾਂ ਤੋਂ ਬੰਦੇ ਆਏ ਨੇ ਪਤਾ ਨਹੀਂ ਕੌਣ ਨੇ ਆਈ ਨਹੀਂ ਜਾਣਦੇ ਉਹ ਤੇ ਕਹਿ ਰਹੇ ਅਸੀਂ ਤੁਹਾਡੇ ਭਰਾਵਾਂ ਔਰ ਉਹ ਕਹਿ ਰਹੇ ਤੁਸੀਂ ਤੇ ਗੁੰਮਰਾਹ ਹੋ ਗਏ ਜਿਨ੍ਹਾਂ ਦੇ ਵੇਖੋ ਜੀ ਜੇ ਕਿਸੇ ਨੂੰ ਕੋਈ ਰੋਸਤ ਕੋ ਧਰਨਾ ਹੈਗਾ ਜਿੱਥੇ ਕਿਸ ਦੀ ਕੋ ਆਪਣੀ ਜ਼ਮੀਨ ਅਕਵਾਇਰ ਇਹਨਾਂ ਦੀ ਕੀਤੀ ਜਾ ਚੁੱਕੀ ਜੇ ਕੋ ਰੇਟ ਦਾ ਫਰਕ ਇਹਨਾਂ ਨੂੰ ਲੱਗਦਾ ਤੇ ਆਪਣੇ ਉੱਥੇ ਜਾ ਕੇ ਧਰਨਾ ਦੇਣ ਸਾਡੀ ਪਰਸਨਲ ਮਾਲਕੀ ਦੇ ਵਿੱਚ ਥੋੜੀ ਆਣ ਕੇ ਬੈਠ ਕੇ ਤੇ ਮਤਲਬ ਚਾਦਰ ਪਿਛਾ ਕੇ ਸਾਨੂੰ ਗੁੰਮਰਾਹ ਕਰਨ ਦੇ ਆ ਚਾਹੇ ਕੋ ਸਾਡੇ ਤੇ ਪ੍ਰੈਸ਼ਰਾਈਜ਼ ਕਰਨ ਦੇ ਆ ਸਾਨੂੰ ਤੇ ਕਹਿੰਦੇ ਤੁਸੀਂ ਗੁੰਮਰਾਹ ਹੋ ਗਏ ਸਰਕਾਰ ਨੇ ਤੁਹਾਨੂੰ ਕਰ ਚਲੋ ਜੀ ਇਹ ਨਾ ਹੋਣ ਸਾਨੂੰ ਕਹਿੰਦੇ ਅਸੀਂ ਹੋ ਗਿਆ ਅਸੀਂ ਕਬਜ਼ਾ ਦੇ ਦਿੱਤਾ ਸਾਨੂੰ ਕੋਈ ਇਹਦੇ ਵਿੱਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਅਸੀਂ ਕਬਜ਼ਾ ਦੇ ਦਿੱਤਾ ਆ ਕੱਲ ਦਾ ਉਹ ਆਪਣਾ ਕੰਮ ਸ਼ੁਰੂ ਕਰਨ ਹਾਈਵੇ ਵਾਲੇ ਜੋ ਮਰਜ਼ੀ ਕਰਨ ਚਾਹੁੰਦੇ ਕੀ ਆ ਉਹ ਪਤਾ ਨਹੀਂ ਕੀ ਚਾਹੁੰਦੇ ਆ ਸਾਨੂੰ ਤੇ ਕੋਈ ਪਤਾ ਨਹੀਂ ਕੀ ਚਾਹੁੰਦੇ ਆ ਜੀ ਅਸੀਂ ਨਹੀਂ ਕੁਝ ਚਾਹੁੰਦੇ ਜੇ ਉਹਨਾਂ ਨੂੰ ਕੋਈ ਡਾਊਟ ਆ ਕੋਈ ਉਹਨਾਂ ਨਾਲ ਲੜਾਈ ਲੜਨੀ ਆ ਆਪਣੇ ਥਾਂ 'ਚ ਜਾ ਕੇ ਲੜਨ ਕਿ ਚੌਂਕ 'ਚ ਧਰਨਾ ਦੇਣ ਕਿ ਰੋਡ 'ਤੇ ਦੇਣ ਚਾਹੇ ਕੋ ਆਪਣੀ ਜਗ੍ਹਾ 'ਚ ਦੇਣ ਉਹਨਾਂ ਨੂੰ ਤੇ ਤੁਹਾਡੇ ਤੇ ਤਰਸ ਆ ਰਿਹਾ ਕਹਿੰਦੇ ਨੇ ਸਰਕਾਰ ਨੇ ਗੁੰਮਰਾਹ ਕਰਤਾ ਸਾਨੂੰ ਇਹਨਾਂ ਤੇ ਤਰਸ ਆ ਰਿਹਾ ਪਰ ਕੱਲ ਨੂੰ ਕਹਿੰਦੇ ਸਰਕਾਰ ਅਗਰ ਉਹਨਾਂ ਨੇ ਧੱਕਾ ਵੀ ਕਰੇ ਤੇ ਅਸੀਂ ਤਮੀ ਤੁਹਾਡੇ ਨਾਲ ਸਾਡੇ ਨਾਲ ਤਰਸ ਕਰਨ ਦੀ ਲੋੜ ਨਹੀਂ ਆਪੋ ਆਪਣੇ ਘਰ ਹੀ ਜਾਣ ਜਾ ਕੇ ਜਿੱਥੇ ਕਿਹਦੀ ਕੋ ਜ਼ਮੀਨ ਆਉਂਦੀ ਉੱਥੇ ਕਿਹਨੇ ਕੋ ਆਪਣੀ ਕਾਰਵਾਈ ਕਰਨੀ ਜੀ ਸਦਕੇ ਕਰੇ ਅਸੀਂ ਕਿ ਇਹਨੂੰ ਰੋਕਦੇ ਨਹੀਂ ਤੁਸੀਂ ਸਰਕਾਰ ਦੇ ਨਾਲ ਆਈ ਸਰਕਾਰ ਦੇ ਨਾਲ ਆਈ ਮਹਿਕਮੇ ਦੇ ਨਾਲ ਵਿੱਚ ਤੁਹਾਨੂੰ ਮਾਪਜਾ ਮਿਲ ਚੁੱਕਾ ਹਾਂਜੀ ਮਿਲ ਚੁੱਕਾ ਜੀ ਮਾਪਜਾ ਤੁਹਾਨੂੰ ਕੋਈ ਇਤਰਾਜ਼ ਕੋਈ ਇਤਰਾਜ਼ ਨਹੀਂ ਅਸੀਂ ਆਪ ਖੁਦ ਵਟ ਪੁਆਈ ਹੈ ਇੱਥੇ ਐਨ ਐਚ ਆਈ ਵਿਕ ਤੋਂ ਕਲੇਸ਼ ਕੌਣ ਕਰ ਰਿਹਾ ਫਿਰ ਤੁਹਾਨੂੰ ਪਤਾ ਨਹੀਂ ਜੀ ਸਾਨੂੰ ਨਹੀਂ ਪਤਾ ਬੰਦੇ ਕੌਣ ਐ ਜੀ ਕਲੇਸ਼ ਕਰ ਰਹੇ ਆ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਸਾਨੂੰ ਪਤਾ ਹੀ ਨਹੀਂ ਬੰਦੇ ਕੌਣ ਐ ਆਊਟਸਾਈਡਰ ਬੰਦੇ ਆ ਪਤਾ ਨਹੀਂ ਕੌਣ ਐ ਜੀ ਓਕੇ ਹਾਂ ਜੀ ਸਰਦਾਰ ਜੀ ਤੁਸੀਂ ਸਭ ਮੇਰੀ ਪੇਜੋ ਚੱਕ ਦੀ ਜ਼ਮੀਨ ਆ ਜੀ ਰੋਡ ਦੇ ਪਰਲੇ ਪਾਸੇ ਮੈਂ ਵੀ ਆਪਣਾ ਕਬਜ਼ਾ ਦੇ ਚੁੱਕਾ ਜੀ ਮੁਆਵਜ਼ਾ ਲੈ ਲੈ ਮੁਆਵਜ਼ਾ ਲੈ ਲੈ ਜੀ ਮੇਰੀ ਦੋ ਪੰਡਾ ਚ ਜ਼ਮੀਨ ਆ ਛੜਕ ਤੋਂ ਪਰਲੇ ਮੰਨੇ ਪਿੰਨ ਮਚਰਾਵਾ ਔਰ ਪਿੰਨ ਪੇਜੋ ਚੱਕ ਅਸੀਂ ਪ੍ਰਸ਼ਾਸਨ ਦੇ ਨਾਲ ਆ ਹੂੰ ਹੂੰ ਸਰਕਾਰ ਦੇ ਅਸੀਂ ਨਾਲ ਆ। ਹੂੰ ਹੂੰ ਮਤਲਬ ਅਸੀਂ ਬਿਲਕੁਲ ਅਸੀਂ ਚਾਹੁੰਦੇ ਆ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋਏ। ਪੀਸਫੁਲੀ ਕੰਮ ਚੱਲਦਾ ਪਿਆ ਵਾ 2.5 ਘੰਟੇ ਕੰਮ ਚੱਲਣ ਤੋਂ ਬਾਅਦ ਆਣ ਕੇ ਇਹਨਾਂ ਨੇ ਮਤਲਬ ਆ ਵੇਖ ਲੋ ਕਿਤੇ ਕੋਈ ਇਨਸਾਨ ਬੰਦਾ ਨਹੀਂ ਵਿੱਚ ਬੈਠਾ। ਕੰਮ ਚੱਲਦੇ ਜਾਣ ਕੇ ਇਹਨਾਂ ਨੇ ਉਧਰੋਂ ਲਾ 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 ਕਰਦੇ ਗਾਲਾਂ ਮੰਦਾ ਕਰਦੇ ਆਏ ਆ ਉਧਰੋਂ ਡਾਂਗਾ ਛੋਟੇ ਲੈ ਕੇ ਠੰਡੇ ਜੋ ਵੀ ਆ ਗੱਡੀ ਦੀ ਤੋੜੀ। ਗੱਡੀ ਸ਼ੀਸ਼ਾ ਤੋੜਿਆ ਜੀ ਡਰਾਈਵਰ ਤੇ ਸੱਟ ਲੱਗੀ ਉਹਦੇ। ਬਿਲਕੁਲ ਬਿਲਕੁਲ ਆ ਕੰਮ ਚੱਲਦਾ ਪਿਆ ਸਾਹਮਣੇ ਪ੍ਰੂਫ ਆ ਜੀ ਪਰ ਜੇਕਰ ਪ੍ਰੋਜੈਕ ਕੀ ਇਹ ਜੇ ਅਗਰ ਇਦਾਂ ਦੀ ਸੰਕਟ ਦੀ ਘੜੀ ਆ ਗਈ ਫਿਰ ਕੋਈ ਗੱਲ ਨਹੀਂ ਜੀ ਸੰਕਟ ਦੀ ਘੜੀ ਆ ਗਈ ਸਾਰਿਆਂ ਦੇ ਨਾਲ ਹੀ ਆ ਅਹੀਂ ਕੋ ਵੱਖਰੇ ਥੋੜੀ ਆ ਮੇਰੇ ਸਾਡੇ ਕਿਹੜਾ ਕੱਲਿਆਂ ਦੇ ਹੋ ਜਾਣੇ ਕੋਈ ਅਹੀਂ ਚਾਹੁੰਦੇ ਆ ਵੀ ਰੋਡ ਇਥੋਂ ਦੀ ਬਣਨਾ ਚਾਹੀਦਾ ਸਾਰਾ ਕੁਝ ਬਹੁਤ ਵਧੀਆ ਗੱਲ ਆ ਇਲਾਕੇ ਦਾ ਭਲਾ ਆ ਡਵੈਲਪਮੈਂਟ ਆ ਜੱਟ ਜੇ ਕੈਨਸਲ ਹੁੰਦਾ ਮੁਆਵਜ਼ੇ ਦੀ ਗੱਲ ਆਂਦੀ ਕਸੂਰਵਾਰ ਕੌਣ ਆ ਕਸੂਰ ਵਾਰ ਇਹੀ ਬੰਦੇ ਨੇ ਜੀ ਜਿਹੜੇ ਰੋਗ ਰਹੇ ਆ ਜਿਹੜੇ ਦਰੀਆਂ ਲੈ ਕੇ ਬੈਠੇ ਅਸੀਂ ਤੇ ਮੁਆਵਜ਼ਾ ਲਿਆ ਤੇ ਅਸੀਂ ਉਹ ਚੀਜ਼ ਉਹਨਾਂ ਨੂੰ ਦੇ ਦਿੱਤੀ ਜਿਹੜੀ ਚੀਜ਼ ਦੇ ਅਸੀਂ ਪੈਸੇ ਲਏ ਅਸੀਂ ਉਹ ਚੀਜ਼ ਉਹਨਾਂ ਨੂੰ ਦੇ ਦਿੱਤੀ ਸਾਡੇ ਵੱਲੋਂ ਹਾਈਵੇ ਉਧੇ ਤੇ ਉਹਨੂੰ ਕੈਨਸਲ ਕਰੇ ਉਹਦੇ ਤੇ ਪ੍ਰੋਜੈਕਟ ਬਣਾਵੇ ਜੋ ਮਰਜ਼ੀ ਕਰੇ ਸਾਡੇ ਵੱਲੋਂ ਖੁੱਲੀ ਛੁੱਟੀ ਹੈ ਜੀ ਅਸੀਂ ਗਾੜੀ ਬਿਆਨੇ ਦਿੱਤੇ ਹੋਏ ਆ ਜ਼ਮੀਨਾਂ ਦਾ ਕੱਲ ਨੂੰ ਸਾਡਾ ਕਰੋੜਾਂ ਦੇ ਗਾੜੀ ਬਿਆਨੇ ਸਾਡਾ ਮੁਆਵਜ਼ਾ ਇਧਰੋਂ ਮਿਲਣਾ ਹੈ ਅਕਸਰ ਜ਼ਮੀਨ ਵੀ ਤੇ ਕਿਤੇ ਖਰੀਦਣੀ ਹੈ ਨਾ ਅਸੀਂ ਉਹ ਬਿਆਨੇ ਪਹਿਲਾਂ ਦੇ ਚੁੱਕੇ ਆ ਜੱਥੇ ਬੰਦੀਆਂ ਨਾ ਕਰਦੀ ਕਿਉਂ ਨਹੀਂ ਵਿਕ ਜਾਂਦੀ ਅਸੀਂ ਸਾਰ ਕੋਈ ਕਿਸੇ ਪਿੰਡ ਦਾ ਕੋਈ ਕਿਸੇ ਪਿੰਡ ਦਾ ਆਹੀਂ ਉਹ ਉਹ ਜੇ ਸਾਡੀ ਉਹ ਰਕਮ ਮਰਦੀ ਆ ਅਸੀਂ ਬਿਆਨੇ ਦਿੱਤੇ ਕੱਲ ਨੂੰ ਆਰਬਿਟਰेटर ਦੇ ਅਸੀਂ ਪੈਸੇ ਠੀਕਣ ਰਹੇ ਆ ਜਦੋਂ ਉਹ ਸਾਨੂੰ ਮਿਲਦੇ ਆ ਅਸੀਂ ਰਜਿਸਟਰੀਆਂ ਕਰਾਉਣੀਆਂ ਨੇ ਕੱਲ ਨੂੰ ਉਹ ਸਾਡਾ ਕਰੋੜਾਂ ਦਾ ਨੁਕਸਾਨ ਹੁੰਦਾ ਉਹਦਾ ਜ਼ਿੰਮੇਵਾਰ ਕੌਣ ਸਾਡਾ ਕਰੋੜਾਂ ਦਾ ਨੁਕਸਾਨ ਉਹਦਾ ਕੌਣ ਜ਼ਿੰਮੇਵਾਰ ਆ ਉਹ ਇਹ ਦੇਣਗੇ ਕੋਲੋਂ ਰਾਤ ਇੱਥੇ ਬਹਿ ਕੇ ਤੇ दारू ਪੀਂਦੇ ਰਹੇ ਆ ਰਾਤ ਗੱਲਾਂ ਕਰਦੇ ਆ ਇਹ ਇੱਥੇ ਚਾਰ ਕੇ ਜਾਣੇ ਰਾਤ ਸੀਗੇ ਬਹਿ ਕੇ दारू ਪੀਂਦੇ ਰਹੇ ਇੱਥੇ ਆਹ ਤੇ ਇਹਨਾਂ ਦਾ ਕੰਮ ਆ ਇਨਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਇਨਾਂ ਦੇ ਵਿੱਚ ਇਹ ਜਾ ਕੇ ਪੁੱਛੋ ਵੀ ਇਨਾਂ ਪਿੰਡ ਦਾ ਕੋਈ ਬੰਦਾ ਹੈਗਾ ਬਾਹਰ ਦੇ ਨੇ ਤੇ ਜੇ ਪ੍ਰੋਜੈਕਟ ਰੋਡ ਦਾ ਨੁਕਸਾਨ ਸਾਡਾ ਹੁੰਦਾ ਉਹਦੇ ਜ਼ਿੰਮੇਵਾਰ ਇਹ ਲੋਕ ਹੋਣਗੇ ਦਿੱਲੀ ਕਟੜਾ ਹਾਈਵੇ 670 ਕਿਲੋਮੀਟਰ ਜਿਹਦੀ ਕੁੱਲ ਲੰਬਾਈ ਹੈ ਔਰ ਪੰਜਾਬ ਦਾ ਇਹਦੇ ਵਿੱਚ ਰਕਬਾ ਤਕਰੀਬਨ 25000 ਏਕੜ ਦਾ ਆਏਗਾ ਇਹ ਜੋ ਪ੍ਰੋਜੈਕਟ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਕਪੂਰਥਲਾ ਤਰਨਤਨ ਅੰਮ੍ਰਿਤਸਰ ਗੁਰਦਾਸਪੁਰ ਰਾਹੀ ਹੁੰਦਾ ਹੋਇਆ ਜੀ ਐਨ ਕੇ ਦੇ ਵਿੱਚ ਪ੍ਰਵੇਸ਼ ਕਰੇਗਾ ਮੈਂ ਜ਼ਿਲ੍ਹਾ ਗੂਤ ਜੋਂ ਮੇਰੀ ਪੀੜੀ ਪ੍ਰਧਾਨ ਮਾਸਟਰ ਗਰਜੀਤ ਸੰਬਲੜਵਾਲ ਬੋਲਦਾ ਜੀ ਧਰਨੇ ਲਾਉਣਾ ਕੰਮ ਰੋਕਣਾ ਸਾਡਾ ਕੋਈ ਸ਼ੌਕ ਨਹੀਂ ਇਹ ਸਰਦਾਰਾਂ ਸਰਕਾਰਾਂ ਦੀ ਦੇਣ ਆ ਜਿਹੜਾ ਸਾਨੂੰ ਧੁੱਪ ਵਿੱਚ ਮੀਂਹ ਵਿੱਚ ਬੈਠਣ ਤੇ ਮਜਬੂਰ ਕਰਦੀ ਆ ਇਹਦੇ ਵਿੱਚ ਤਿੰਨ ਰੋਡ ਨਿਕਲ ਰਿਹਾ ਇੱਕ ਬਿਆਸ ਤੋਂ ਡੇਰਾ ਬਾਬਾ ਨਾਨਕ ਇੱਕ ਅੰਮ੍ਰਿਤਸਰ ਰੂਨਾ ਹਾਈਵੇ ਦੇ ਵਿੱਚ ਦੀ ਲੰਘਦਾ ਆ ਇੱਕ ਦਿੱਲੀ ਜੰਮੂ ਕੜਾ ਐਕਸਪ੍ਰੈਸ ਵੇ ਦੇ ਵਿੱਚ ਦੀ ਲੰਘਦਾ ਔਰ ਤਿੰਨਾਂ ਦੀਆਂ ਸਮੱਸਿਆਵਾਂ ਇੰਨੀਆਂ ਗੰਭੀਰ ਆ ਉਹ ਕਿਸਾਨ ਮਾਰੂ ਨੇ ਉਹਨਾਂ ਨੂੰ ਲੈ ਕੇ ਸਾਨੂੰ ਜਿਹੜਾ ਇਹ ਧਰਨੇ ਲਾਉਣੇ ਪੈਂਦੇ ਆ ਜਿੱਥੇ ਤੁਸੀਂ ਖੜੇ ਹੋ ਚਾਰ ਕਿੱਲੇ ਦੇ ਵਿੱਚ ਵਿੱਚ ਹੀ ਸਰਕਾਰ ਦੇ ਤਿੰਨ ਰੇਟ ਆ 76 ਲੱਖ ਆ 1 ਕਰੋੜ ਤੇ 18 ਲੱਖ ਆ ਤੇ 87 86 ਲੱਖ ਆ ਇਹ ਤੁਸੀਂ ਵੇਖ ਲਓ ਵੀ ਜ਼ਮੀਨ ਚਾਰ ਫੇਰੇ ਕੁਝ ਹੀ ਆ ਜਿਹੜੀ 4 ਏਕੜ ਜ਼ਮੀਨ ਹੈ ਇਹਦਾ ਜਿਹੜਾ ਮੁਆਵਜ਼ਾ ਲੈਣ ਵਾਲੇ ਕਿਸਾਨ ਹੈ ਜੀ ਉਹਨਾਂ ਮੁਆਵਜ਼ਾ ਲੈ ਲਏ ਹੋਏ ਜੀ ਮੁਆਵਜ਼ਾ ਲੈ ਲਿਆ ਕੱਲ ਉਹਨਾਂ ਨੂੰ ਕੋਈ ਇਤਰਾਜ਼ ਤੇ ਨਹੀਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਗਈ ਫਿਰ ਤੁਹਾਨੂੰ ਇਤਰਾਜ਼ ਕਿਉਂ ਆ ਸਾਨੂੰ ਇਤਰਾਜ਼ ਇਸ ਗੱਲ ਦਾ ਆ ਕਿ ਜਿਹੜੇ ਜ਼ਿੰਮੇਦਾਰ ਨੇ ਮੁਆਵਜ਼ਾ ਲੈ ਲਿਆ ਆ ਅਸੀਂ ਉਹਦੇ ਵਿਰੋਧੀ ਨਹੀਂ ਉਹਨੂੰ ਵਾਰਾ ਖਾਂਦਾ ਉਹਨੇ ਲੈ ਲਿਆ ਪਰ ਸਾਨੂੰ ਸਰਕਾਰ ਸਾਡੀ ਲੜਾਈ ਉਹ ਕਿਸਾਨ ਨਾਲ ਨਹੀਂ ਗਈ ਸਾਡੀ ਜਥੇਬੰਦੀ ਦੀ ਲੜਾਈ ਸਰਕਾਰ ਨਾਲ ਆ ਪੀ ਸਾਰਿਆਂ ਨੇ ਉਹਦੇ ਬਰਾਬਰ ਦਿਓ ਜਿਨ੍ਹਾਂ ਨੇ ਸਰਕਾਰ ਦੇ ਕੋਲੋਂ ਮੁਆਵਜ਼ਾ ਲੈ ਲਿਆ ਉਹਨਾਂ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਇਹ ਗੱਲ ਕਹੀ ਹੈਗੀ ਹੈ ਕਿ ਮੁਆਵਜ਼ਾ ਅਸੀਂ ਲਿਆ ਅਸੀਂ ਖੁਸ਼ ਹਾਂ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਔਰ ਸਾਨੂੰ ਸੈਟੀਸਫੈਕਸ਼ਨ ਹੈ ਜੀ ਪਰ ਆਹ ਧਰਨਾ ਜਿਹੜਾ ਇਹਦੇ ਨਾਲ ਅਸੀਂ ਸਮਝ ਨਹੀਂ ਇਹ ਧਰਨਾ ਉਹਨਾਂ ਕਿਸਾਨ ਜਿਥੇ ਬੰਦ ਯਾਨੀ ਕੋ ਤੁਹਾਡੇ ਤੇ ਗੱਲ ਕਰ ਰਹੇ ਕਹਿੰਦੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਇਆ ਕਿਉਂ ਲਾਇਆ ਕਿਉਂ ਕੀਤਾ ਸਾਨੂੰ ਨਹੀਂ ਪਤਾ ਦੇਖੋ ਇਸ ਕਾਰਨ ਤੇ ਸਾਫ ਆ ਵੀ ਸਾਡਾ ਧਰਨਾ ਉਹਦੇ ਜ਼ਿੰਮੇਵਾਰ ਦੇ ਖਿਲਾਫ ਨਹੀਂਗਾ ਜਿਹੜਾ ਬੰਦਾ ਮੁਆਵਜ਼ਾ ਲੈ ਗਿਆ ਹੈ ਉਹਦੇ ਖਿਲਾਫ ਸਾਡਾ ਧਰਨਾ ਨਹੀਂ ਸਾਡਾ ਤਾਂ ਸਰਕਾਰ ਦੇ ਖਿਲਾਫ ਧਰਨਾ ਆ ਵੀ ਜੇ ਤੁਸੀਂ ਉਹਨੂੰ ਰਾਜੀ ਕੀਤਾ ਤੇ ਬਾਕੀ ਕਿਸਾਨਾਂ ਨੂੰ ਵੀ ਰਾਜੀ ਕਰੋ ਕਰ ਕਰੀ ਦਬਾਅ ਤੇ ਤੁਸੀਂ ਬਣਾ ਰਹੇ ਹੋ ਨਾ ਕਿ ਅਗਲੇ ਨੂੰ ਕਹਿੰਦੇ ਇੰਨਾ ਸਤਾ ਦਿਓ ਵੀ ੁਰਾਦੀ ਕਰ ਦੇਣ ਕਿ ਹੋਰ ਪਾਸੇ ਨੂੰ ਲੈ ਜਾਣ ਨਹੀਂ ਅਸੀਂ ਸਰਕਾਰ ਨੂੰ ਨਹੀਂ ਸਤਾਉਂਦੇ ਨਾ ਹੀ ਵਿਕਾਸ ਦੇ ਖਿਲਾਫ ਹਾਂ ਅਸੀਂ ਤਾਂ ਇੱਕ ਸਾਰਤਾ ਮੰਗਦੇ ਹਾਂ ਇੱਕ ਧੇਰਾ ਜਿਹਨੇ ਮੁਆਵਜ਼ਾ ਲੈ ਲਿਆ ਜੀ ਇੱਕ ਧੇਰਾ ਜੀ ਦੀ ਪੈੜੀ ਹੈ ਨਹੀਂ ਪਰ ਉਹ ਲੋਕ ਪ੍ਰੋਟੈਸਟ ਕਰ ਰਹੇ ਨੇ ਜੀ ਤੁਹਾਡੀ ਹੁਣ ਮੈਂ ਤੁਹਾਡੀ ਗੱਲ ਕਰਾ ਤੁਹਾਡੀ ਇੱਧਰ ਜ਼ਮੀਨ ਕੋਈ ਨਹੀਂ ਨਹੀਂ ਹੈਗੀ ਨਹੀਂ ਹੈਗੀ ਪਰ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਜੀ ਤੇ ਜਿਨ੍ਹਾਂ ਦੀ ਜ਼ਮੀਨ ਉਹਨਾਂ ਦੇ ਮੁਆਵਜ਼ਾ ਲੈ ਵੀ ਲਿਆ ਵੀ ਚੋ ਖਰਚ ਵੀ ਲਿਆ ਵਰਤ ਵੀ ਲਿਆ ਅਡਜਸਟਮੈਂਟ ਕਿੱਥੇ ਕਿੱਝ ਹੁੰਦੀ ਆ ਕਿੱਦਾਂ ਸੈਟਿੰਗ ਹੋ ਸਕਦੀ ਵੇਖੋ ਅਹੀਂ ਜਿਹੜੀ ਆ ਪੈੜੀ ਹੋਣ ਜਾਂ ਨਾ ਹੋਣ ਨੂੰ ਮੈਂ ਨੇ ਨਹੀਂ ਰਖਦੀ ਇਹ ਸਾਡੇ ਜਿੰਨੇ ਲੋਕ ਖੜੇ ਆ ਇਹਨਾਂ ਚੋਂ ਅੱਧਿਆਂ ਦੀ ਜ਼ਮੀਨ ਆਈ ਅੱਧੇ ਬਿਲਕੁਲ ਜਥੇਬੰਦਕ ਤੌਰ ਤੇ ਲੜਦੇ ਆ ਬਿਆਸ ਤੋਂ ਡੇਰ ਬਾਬਾ ਨਾਨਕ ਨੂੰ ਇੱਕ ਨਵਾਂ ਹਾਈਵੇ ਨਿਕਲ ਰਿਹਾ ਆ ਬਿਲਕੁਲ ਤੇ ਸਾਡਾ ਉਹਦੇ ਨਾਲ ਸਾਡੀ ਉਹਦਾ ਮਰਦਾ ਵੀ ਜ਼ਮੀਨ ਨਹੀਂ ਆਉਂਦੀ ਪਰ ਉਥੇ ਦੀਆਂ ਸਮੱਸਿਆਵਾਂ ਵੇਖੋ ਗੱਡੀਆਂ ਗੰਭੀਰ ਆ ਚਾਰ-ਚਾਰ ਛੇ-ਛੇ ਕਨਾਲਾਂ ਕਿਸਾਨ ਦੀ ਜ਼ਮੀਨ ਆਉਂਦੀ ਆ ਔਰ ਉਹਦਾ ਨਾਂ ਉਹਦਾ ਲਿਸਟ ਵਿੱਚ ਨਾ ਹੀ ਆ ਨਹੀਂ ਜੇਕਰ ਸਰਕਾਰ ਦਾ ਕਿਤੇ ਕੱਲ ਨੂੰ ਸਭ ਬਦਲ ਗਿਆ ਮੋੜ ਵਿਟਰ ਗਏ ਜੀ ਤੇ ਇਹ ਲੋਕੀ ਕਰਨਗੇ ਜਿਹੜੇ ਲੋਕਾਂ ਨੇ ਮੁਆਵਜ਼ਾ ਲੈ ਲਿਆ ਵੇਖੋ ਮੈਂ ਤਾਂ ਪਹਿਲਾਂ ਤੁਹਾਨੂੰ ਕਿਹਾ ਵੀ ਅਸੀਂ ਸਰਕਾਰ ਤੋਂ ਮੁਆਵਜ਼ਾ ਐਕਸਪ੍ਰੈਸ ਵੀ ਮੰਗਿਆ ਨਹੀਂ ਹਾਈਵੇ ਮੰਗਿਆ ਨਹੀਂ ਉਹ ਨਹੀਂ ਇਹ ਵੀ ਨਹੀਂ ਚਾਹੁੰਦੇ ਵੀ ਇਹ ਸਰਕਾਰ ਰੱਦ ਕਰੇ ਸਰਕਾਰ ਨੇ ਆਪਣੀ ਮਰਜ਼ੀ ਨਾਲ ਹਾਈਵੇ ਦੀ ਲੀਕ ਕੇ ਲੋਕਾਂ ਨੂੰ ਪੈਸੇ ਦਿੱਤੇ ਆ ਹੁਣ ਜਿਹੜਾ ਬੰਦਾ 38 40 ਲੱਖ ਰੁਪਇਆ ਲੈ ਕੇ ਤੇ ਉਹਨੇ ਵਰਤ ਲਿਆ ਆ ਇਹ ਬੜੀ ਮੁਸ਼ਕਲ ਆ ਉਹਨੂੰ ਆਮ ਪਰਿਵਾਰ ਦੇ ਵਿੱਚੋਂ ਉਹਨੂੰ ਕੱਢ ਕੇ ਦੇਣਾ ਔਰ ਅਹੀਂ ਸਰਕਾਰ ਨੂੰ ਇਹਦੇ ਤੇ ਵੀ ਸਾਡੀ ਲੜਾਈ ਹੋਊਗੀ ਅਸੀਂ ਤੁਹਾਡੇ ਮਾਰੀਆ ਮਰਾਈ ਉਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦੇ ਜਿਹੜੇ ਸਰਕਾਰ ਦੇ ਹੱਥੀ ਚੜ ਚੁੱਕੇ ਆ ਇਹ ਲੋਕਾਂ ਦੀ ਜਥੇਬੰਦੀ ਆ ਤੇ ਲੋਕਾਂ ਵਾਸਤੇ ਆ ਗੁਰਪ੍ਰੀਤ ਸਿੰਘ ਖਾਨਪੁਰ ਨੂੰ ਕੌਣ ਨਹੀਂ ਜਾਂਦਾ ਜਿਹੜੇ ਚਿਹਰੇ ਨੇ ਇਹਨਾਂ ਨੂੰ ਕੌਣ ਨਹੀਂ ਜਾਂਦਾ ਬੜਾ ਟਕਾ ਕੇ ਸਾਧ ਦਿੰਦੇ ਨੇ ਉਹ ਕਹਿੰਦੇ ਕਿ ਜਿੰਨੀਆਂ ਨੇ ਮੁਆਵਜ਼ਾ ਲਿਆ ਨਾ ਜਿਨ੍ਹਾਂ ਦੀ ਜ਼ਮੀਨ ਵੇਚ ਆਂਦੀ ਆ ਇਸ ਦਿੱਲੀ ਕਟੜਾ ਹਾਈਵੇ ਚ ਗੁਰਪ੍ਰੀਤ ਜੀ ਉਹ ਕਹਿੰਦੇ ਆ ਕਿ ਆ ਬੈਠੇ ਜਿੰਨੇ ਧਰਨੇ ਚ ਕਹਿੰਦਾ ਉਹਨਾਂ ਚ ਕਿਸੇ ਵੇਖੋ ਜੀ ਇਦਾਂ ਨਹੀਂ ਹੈਗੀ ਪੈੜੀ ਕਿਉਂ ਨਹੀਂ ਹੈਗੀ ਜਿਹੜੇ ਭਰਾ ਸਰਕਾਰ ਦੇ ਹੱਥੀ ਚੜ ਕੇ ਗੱਲਾਂ ਕਰ ਰਹੇ ਆ ਅਸੀਂ ਉਹਨਾਂ ਨੂੰ ਤੁਹਾਡੇ ਮਾਦੀਮ ਰਾਈ ਹੱਥ ਜੋੜਦੇ ਆ ਵੀ ਭਾਈ ਇਹ ਸਰਕਾਰਾਂ ਕਦੀ ਕਿਸੇ ਦੇ ਹਾਨ ਦੀਆਂ ਮਿੱਤ ਦੀਆਂ ਨਹੀਂ ਗਈਆਂ ਆਪਣੀ ਲੈਣ ਦੇ ਉੱਤੇ ਆਜੋ ਆਪਣੇ ਭਰਾਵਾਂ ਦਾ ਸੰਯੋਗ ਦਿਓ ਇਹਨਾਂ ਨਾਲ ਖੜੋ ਕੱਲ ਇੱਥੇ ਤੱਕ ਸਰਕਾਰ ਨੇ ਖੇਡਿਆ ਗਿਆ ਵੀ ਕੱਲ ਇੱਥੇ ਨਰੇਗਾ ਵਾਲੀਆਂ ਬੀਬੀਆਂ ਨੂੰ ਸ਼ਾਮੀ ਪਈ ਤੇ ਪੰਚਾਂ ਸਰਪੰਚਾਂ ਰਾਈ ਇਕੱਠਾ ਕੀਤਾ ਗਿਆ ਤੁਹਾਡੇ ਕਾਰਡ ਬਣਾਵਾਂਗੇ ਤੁਹਾਡੇ ਜੋਬ ਕਾਰਡ ਖੋਲਦਾਂਗੇ ਤਾਂ ਕਿ ਉਹ ਜਦੋਂ ਭੈਣਾ ਇੱਥੇ ਕੰਮ ਕਰਨ ਗਿਆ ਤੇ ਇਹ ਜਿਹੜੇ ਲੋਕ ਆ ਪ੍ਰਕੋਪ ਹੋ ਕੇ ਉਹਨਾਂ ਦੇ ਗਾਲ ਪੈਣਗੇ ਬਹੁਤ ਨੀਵੇਂ ਪੱਧਰ ਤੇ ਸਰਕਾਰ ਜਿਹੜੀ ਹੈ ਜਾ ਚੁੱਕੀ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹੋ ਕਹਿਣਾ ਚਾਹੁੰਦੇ ਆ ਵੀ ਜਥੇਬੰਦੀ ਤੁਹਾਡੇ ਨਾਲ ਖੜੀ ਆ ਮਾਸਟਰ ਜੀ ਵੀ ਅੱਗੇ ਬੋਲ ਕੇ ਗਏ ਆ ਅਸੀਂ ਵੀ ਦੁਬਾਰਾ ਇਹ ਗੱਲ ਦਰਾਉਂਦੇ ਆ ਤੇ ਸਰਕਾਰ ਨੇ ਸਾਨੂੰ ਪੁੱਛ ਕੇ ਜਿਹੜਾ ਆ ਸਰਵੇ ਨਹੀਂ ਲਾਏ ਆਪਣੀ ਮਰਜ਼ੀ ਨਾਲ ਹਾਈਵੇ ਵਾਲਿਆਂ ਨੇ ਸਰਵੇ ਲਾਏ ਤਾਂ ਜਿਹੜਾ ਰੋਡ ਪਾਸ ਕੀਤਾ ਆ ਜੇ ਰੋਡ ਰੇਟਾਂ ਦੇ ਵਿੱਚ ਅੰਤਰ ਨਾ ਆਉਂਦਾ ਤੇ ਆ ਜ ਆ ਦੇਣ ਸਾਨੂੰ ਵੀ ਨਾ ਵੇਖਣੇ ਪੈਂਦੇ ਇਹ ਕੰਮ ਰਜਣਾ ਚ ਘਰ ਬੈਠੇ ਹੋ ਪਰ ਪ੍ਰਿਚੀ ਸਰਕਾਰ ਤੇ ਸਰਕਾਰ ਹੁੰਦੀ ਆ ਕਲੀਅਰ ਹੈ ਨਾ ਬਿਲਕੁਲ ਜੀ ਸਰਕਾਰ ਹਾਂਜੀ ਹੁੰਦੀ ਆ ਜੇ ਸਰਕਾਰ ਨੇ ਇਧਰ ਨੂੰ ਇਹ ਵਾਲਾ ਕੱਢ ਦਿੱਤਾ ਨਾ ਦਿੱਲੀ ਕਟੜਾ ਹਾਈਵੇ ਜੇ ਤਨ ਉਹਨਾਂ ਕੱਢਿਆ ਤੇ ਕੱਲ ਨੂੰ ਕਿਹੇ ਹੋਰ ਪਾਸਿਆਂ ਦੀ ਵੀ ਕੱਢ ਸਕਦੇ ਆ ਕਿਉਂਕਿ ਉਹ ਸਰਕਾਰ ਅੱਗੇ ਵੀ ਕਹਿ ਚੁੱਕੇ ਆ ਵੀ ਸਰਕਾਰ ਨੇ ਆਪਣੀ ਮਰਜ਼ੀ ਦਾ ਰੋਡ ਕੱਢਿਆ ਮਰਜ਼ੀ ਨਾਲ ਆਪਣੀ ਦਾ ਪੈਸੇ ਜਿਹੜੇ ਦਿੱਤੇ ਆ ਕਾਲ ਪੋਣੇ ਦੇ ਲੋਕਾਂ ਨੇ ਜਾ ਕੇ ਪੈਸੇ ਚੋਕਲੇ ਵੀ ਦੂਜਾ ਭਰਾ ਮੇਰੇ ਪੈਸੇ ਨਾਲ ਚੋਕਲੇ ਕਰੇ ਮੈਂ ਪਿੱਛੇ ਨਾ ਰਹਿ ਜਾ ਭਰਾ ਮਾਰੂ ਜੰਗ ਜਿਹੜੀ ਪਰਿਵਾਰਾਂ ਦੇ ਵਿੱਚ ਵੀ ਖੜੀ ਕਰ ਦਿੱਤੀ ਆ ਕੱਲਾ ਇੱਥੇ ਜੋਗ ਮਾਅਬ ਜੇ ਦੀ ਗੱਲ ਨਹੀਂ ਜੀ ਖਾਤੇ ਤਕਸੀਮ ਨਹੀਂ ਕਿ ਖਾਤੇ ਸਾਂਝੇ ਆ ਘਰਾਂ ਦੇ ਵਿੱਚ ਜਿਹੜੇ ਪੀੜੀਆਂ ਦੇ ਕਲੇਸ਼ ਪੈ ਚੁੱਕੇ ਆ ਕਿ ਜਣਾ ਕਹਿ ਰਿਹਾ ਜੀ ਅਸੀਂ ਤਾਂ ਮੁੰਡਾ ਬਾਹਰ ਵੀ ਭੇਜ ਦਿੱਤਾ ਪੈਸੇ ਸਾਡੇ ਲੱਗੇ ਨੇ ਕਹਿੰਦਾ ਜੇ ਸਰਕਾਰ ਨੇ ਕਿਤੇ ਇਦਾਂ ਕੰਮ ਕਰ ਦਿੱਤਾ ਕਹਿੰਦਾ ਸਾਡੇ ਤੇ ਤੱਪੜ ਰੋਲ ਜਾਣਗੇ ਬਿਲਕੁਲ ਜੀ ਇਹ ਜਿਹੜਾ ਸਰਕਾਰਾਂ ਦਾ ਡਰ ਆ ਉਹ ਸੱਚਾ ਹੋਰ ਕੋਈ ਜਸਬੰਦੀ ਤੁਹਾਡੇ ਨਾਲ ਹੈਗੀ ਬਿਲਕੁਲ ਉਹਨਾਂ ਦਾ ਵੀ ਸੰਯੋਗ ਸਾਡੇ ਨਾਲ ਆ ਉਹ ਜੋ ਪੈਸੇ ਚੁੱਕਲੇ ਉਹਨਾਂ ਨੂੰ ਉਹ ਸਰਕਾਰ ਹੀ ਉਹਨਾਂ ਨੇ ਦਬਾਅ ਬਣਾਉਂਦੀ ਆ ਦਬਾਉਂਦੀ ਆ ਵੀ ਜਿਹੜੇ ਪੈਸੇ ਆ ਤੁਹਾਡੇ ਜਿਹੜੇ ਆ ਜਿਹਨਾਂ ਨੂੰ ਰੱਦ ਕਰਦੇ ਇਹਨਾਂ ਪ੍ਰੋਜੈਕਟ ਨੂੰ ਤੇ ਜਿਹੜੀ ਸਰਕਾਰ ਪੈਸੇ ਤ ਪਹਿਲਾਂ ਗੁਰਪ੍ਰੀਤ ਭਾਜੀ ਨੇ ਵੀ ਆਖਿਆ ਵਾ ਅਸੀਂ ਉਹਨਾਂ ਦੇ ਪੈਸੇ ਬਿਲਕੁਲ ਵਾਪਸ ਕਰ ਦੇਵਾਂਗੇ ਕੋਈ ਉਹਨਾਂ ਨੂੰ ਨਹੀਂ ਹੁਣ ਦਾਂਗੇ ਅਸੀਂ ਜਿਹੇ ਬੰਦੇ ਬਿਲਕੁਲ ਨਾਲ ਖੜੇ ਆ ਅਸੀਂ ਉਹਨਾਂ ਦੇ ਚਤ ਪਰ ਖੜੀ ਨਾਲ ਵਾ ਉਹ ਕਹ ਰਹੀ ਕਿ ਜਿਹੜੇ ਆਗੂ ਆ ਨਾ ਇਹਨਾਂ ਦੀ 1 ਇੰਚ ਵੀ ਜ਼ਮੀਨ ਇਸ ਰਾਹ 'ਚ ਨਹੀਂ ਆਂਦੀ ਵੇਖੋ ਜੀ ਆ ਨਾਲ ਮਰਗਜੀਤ ਸਿੰਘ ਬੱਲੇ ਬਖਲੋਤੀ ਇਹਨਾਂ ਦੀ ਆਪਣੀ ਆ ਰਹੀ ਹੈ ਰੋਡ ਦੇ ਵਿਚਾਲੀ ਆ ਉਹ ਭਾਜੀ ਹੋਰ ਦੋ ਤੇ ਦੋ ਚਾਰ ਜਿੰਨੇ ਵੀ ਖਲੋਤੇ ਆ ਰਹਿਵਾਨੀ ਸਾਰੇ ਦੇ ਪੜੀ ਵਿਚਾਰੀ ਖੋਦ ਦੀ ਅਮਰਸਰ ਹੁੰਨੇ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਆ ਰਹੀ ਆ ਕਿਤੇ ਇਥੇ ਜੇਕਰ ਹੋਇਆ ਅਮਰਸਰ ਹੁੰਨੇ ਦੇ ਵਿੱਚ ਜ਼ਮੀਨ ਆ ਰ ਜਥੇਬੰਦੀ ਜਥੇ ਸਵਾਮਾਨ ਆ ਬਾਹਰ ਆ ਸਾਡੇ ਬਾਤੇ ਵੀ ਇੱਕ ਦਬਿਦਾ ਬੜੀ ਤਕੜੀ ਖੜੀ ਕਰ ਦਿੱਤੀ ਕਿ ਵੀ ਵੇਖੋ ਜੀ ਇਹਨਾਂ ਨੇ ਸਰਕਾਰ ਨਾਲ ਮਿਲ ਕੇ ਆਪਣੇ ਏਰੀਏ ਦਾ ਜਿਹੜਾ ਇਧਰ ਦੇ ਪਿੰਡਾਂ ਦਾ ਵਾਰਡ ਜਿਹੜਾ 1 ਕਰੋੜ ਤੇ 45 ਲੱਖ ਰੁਪਈਆ ਕਰ ਦਿੱਤਾ ਆ ਕੱਲ ਇਥੇ ਉਹ ਭਰਾ ਸਾਡੇ ਖਿਲਾਫ ਇਹ ਗੱਲ ਤੇ ਬੋਲੇ ਵੀ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਜੇ 1 ਕਰੋੜ 45 ਲੱਖ ਰੁਪਈਆ ਕਰ ਦਿੱਤਾ ਤੇ ਸਰਕਾਰ ਨੇ ਕੀਤਾ ਇਹ ਕੋਈ 8-10 ਮਹੀਨੇ ਹੋ ਗਿਆ ਹੱਲ ਨਿਕਲ ਗਿਆ ਹੈਗਾ ਸਰਕਾਰ ਬਿਲਕੁਲ ਮੰਨੇਗੀ ਅਸੀਂ ਕਦੀ ਵੀ ਅਣਖ ਦਾ ਸਵਾਲ ਬਣਾ ਕੇ ਲੜਾਈ ਨਹੀਂ ਲੜਦੇ ਜਿਹੜਾ ਰਾਹ ਕੱਢ ਦੋਗੇ ਅਸੀਂ ਉਹਦੇ ਉੱਤੇ ਚੱਲਣ ਨੂੰ ਤਿਆਰ ਆ ਉਹਨਾਂ ਨੇ ਕਹਿ ਕੇ ਅਸੀਂ ਆਰਬਿਟ੍ਰੇਸ਼ਨ ਦੇ ਵਿੱਚ ਜਿਹੜੀ ਇਹਦੀ ਸੁਣਵਾਈ ਕਰਾਂਗੇ ਜੋ ਫਰਕ ਰਹਿ ਗਏ ਆ ਅਸੀਂ ਉੱਥੇ ਸੁਣਵਾਈ ਕਰਕੇ ਤੇ ਫਿਰ ਕਿਸਾਨਾਂ ਨੂੰ ਜਿਹੜਾ ਇਹ ਮਾਅਬ ਦਾ ਸੈਟੀਸਫਾਈ ਕਰਕੇ ਤੇ ਫਿਰ ਜ਼ਮੀਨ ਵਾਲੇ ਡੀਸੀ ਸਾਹਿਬ ਨੇ ਇਹ ਰਾਏ ਦਿੱਤੀ ਬਿਲਕੁਲ ਜੀ ਇਹ ਰਾਏ ਉਹਨਾਂ ਦੀ ਰਾਏ ਸੀਗੀ ਉਥੇ ਬਹਿ ਕੇ ਸਾਰੀ ਗੱਲਬਾਤ ਹੋਈ ਆ ਉਹ ਫਿਰ ਆਰਬਿਟਰੇਸ਼ਨ ਦੇ ਵਿੱਚ ਇੰਨਾ ਭਰਾਵਾ ਦੀ ਸੁਣਵਾਈ ਹੋਈ ਆ 36 ਲੱਖ ਤੋਂ 1 ਕਰੋ 18 ਲੱਖ ਰੁਪਈਆ ਉਸੇ ਤਰਜ਼ ਦੇ ਉੱਤੇ ਤੇ ਜਥੇਬੰਦੀ ਦੇ ਦਬਾਅ ਦੇ ਥੱਲੇ ਅੰਦੋਲਨ ਦੇ ਦਬਾਅ ਥੱਲੇ 1 ਕਰੋ 18 ਲੱਖ ਰੁਪਈਆ ਉਥੇ ਉਹਨਾਂ ਨੇ ਮਨਜ਼ੂਰ ਕੀਤਾ ਆ ਪਰ ਹੁਣ ਤੱਕ ਇਹ ਭਰਾ ਕਹਿੰਦੇ ਰਹੇ ਵੀ ਜਥੇਬੰਦੀ ਲੜਾਈ ਬੜੀ ਵਧੀਆ ਲੜ ਰਹੀ ਆ ਬਾ ਇਹ ਹੋ ਜਾਂ ਤੇ ਬੰਦੀ ਆ ਜਿਹੜੀ ਇੱਕ ਪਹਿਲ ਕਦਮੀ ਕਰਕੇ ਮਸਲੇ ਨੂੰ ਫੜਦੀ ਆ ਤੇ ਜਿਹੜਾ ਹੁਣ ਉਹਦਾ 1 ਕਰੋੜ 18 ਲੱਖ ਰੁਪਇਆ ਜਿਹੜਾ ਆਰਬਿਟਰੇਸ਼ਨ ਦੇ ਵਿੱਚ ਮੈਡਮ ਸਪਰਾ ਜੀ ਜਿਹੜੇ ਉੱਥੇ ਕਮਿਸ਼ਨਰ ਬੈਠੇ ਆ ਉਹਨਾਂ ਨੇ ਜਿਹੜਾ ਸਾਡਾ ਜਾਰੀ ਕਰ ਦਿੱਤਾ ਆ ਪਰ ਹੁਣ ਇਹਦੇ ਤੇ ਜਿਹੜੀ ਦੂਜੀ ਘਟਨਾ ਖੜੀ ਹੁੰਦੀ ਆ ਵੀ ਜਿਹੜਾ ਹਾਈਵੇ ਵਾਲੇ ਕਹਿ ਰਹੇ ਆ ਵੀ ਉਹ ਕਿਸਾਨਾਂ ਦੇ ਖਿਲਾਫ ਹੁਣ ਅਪੀਲ ਜਿਹੜੇ ਉਹ ਪਾਉਣਗੇ ਤੇ ਤੁਸੀਂ ਹੁਣ ਜਥੇਬੰਦੀ ਨੂੰ ਸਾਡੀ ਬੇਨਤੀ ਆ ਕਿ ਕਿਸਾਨਾਂ ਦੀ ਭਰਾਵਾਂ ਦੀ ਗੱਲ ਆ ਵੀ ਉਹਨਾਂ ਨੂੰ ਰੋਕਿਆ ਜਾਵੇ ਵੀ ਉਹ ਜਿਹੜੇ ਹਾਈਵੇ ਵਾਲੇ ਹੁਣ ਅਪੀਲ ਨਾ ਪਾਉਣ ਕਾਗਜ਼ਾਂ ਦੇ ਵਿੱਚ ਸਾਨੂੰ ਹਰਾ ਸਕਦੇ ਆ ਪਰ ਜ਼ਮੀਨ ਦੇ ਉੱਤੇ ਆ ਦਸਰ ਪੰਜਾਬ ਦੇ ਸੰਘਰਸ਼ ਦੀ ਲਾਇ ਇਸ ਜਥੇਬੰਦੀ ਨੇ 7 ਇਹ ਬਾਦਰਾ ਦੇ ਰਾਜ ਤੇ ਤਿੰਨ ਕੈਪਟਨ ਦੇ ਰਾਜ ਦੇ ਵਿੱਚ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਤੁਹਾਡੇ ਮਾਰੀ ਮرائی ਕਹਿਣਾ ਚਾਹੁੰਦੇ ਆ ਵੀ ਇਹ ਹੁਣ ਗੱਲ ਜਿਹੜੀ ਦੂਜੇ ਪਾਸੇ ਨੂੰ ਜਾ ਰਹੀ ਆ ਜਿਹੜੇ ਕਿਸਾਨਾਂ ਦੀ ਏ ਜ਼ਮੀਨ ਹੈ ਜਿਨ੍ਹਾਂ ਨੇ ਇਹ ਦਾ ਜਿਹੜਾ ਮੁਆਵਜ਼ਾ ਲੈ ਲਿਆ ਹੋਇਆ ਜੀ ਉਹ ਆਣ ਕੇ ਤੁਹਾਨੂੰ ਬੇਨਤੀ ਕਰਨ ਕੀ ਭਾਜੀ ਮੈਂ ਤੇ ਇਹਦੇ ਪੈਸੇ ਲੈ ਲੈਨੇ ਇਹ ਤੇ ਸਰਕਾਰ ਨੂੰ ਦੇ ਦਿਓ ਤੁਸੀਂ ਦਿਓਗੇ ਬਹੁਤ ਵੱਡੇ ਪਾਖਿਆ ਜਿਹੜੇ ਉਹਨਾਂ ਭਰਾਵਾਂ ਤੱਕ ਸਾਡੇ ਸਾਂਝੇ ਨਹੀਂ ਗਏ ਹੋਏ ਸਾਡਾ ਗੈਬ ਰਿਹਾ ਆ ਆ ਗੱਲਾਂ ਜਿਹੜੀਆਂ ਸਾਡੀਆਂ ਚੱਲ ਜਾਣੀਆਂ ਆ ਉਹ 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 ਪ੍ਰਾ ਆਪਣੀ ਸਮਝ ਚੋਂ ਗੱਲਾਂ ਕਰਦੇ ਪਏ ਆ ਸਾਨੂੰ ਕੱਲੇ ਕੱਲੇ ਕਿਸਾਨ ਦਾ ਫਿਕਰ ਆ ਕਿ ਕੱਲ ਨੂੰ ਸਰਕਾਰ ਨੇ ਕਿਤੇ ਇੱਥੋਂ ਰੂਟ ਬਦਲ ਦਿੱਤਾ ਕਿਸੇ ਹੋਰ ਪਾਸੇ ਨੂੰ ਲੈ ਗਏ ਇਹ ਦਿੱਲੀ ਕਟੜਾ ਹਾਈਵੇ ਤੇ ਮੁਆਵਜ਼ਾ ਵਾਪਸ ਦੇਣਾ ਪਿਆ ਇਹ ਤੇ ਇਹਨਾਂ ਦੀ ਨੀਂਦ ਜਿਹੜੀ ਰਾਤ ਨੂੰ ਉੱਡਣੀ ਸ਼ੁਰੂ ਹੋ ਜਾਣੀ ਆ ਫਿਰ ਉਹਨਾਂ ਦੇ ਪਾਸੇ ਜਿੱਦਾਂ ਕਹਿੰਦੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਫਿਰ ਤੇ ਉਹਨਾਂ ਵਾਲੇ ਪਾਸੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ ਜਿਹੜੇ ਦੂਜੇ ਪਾਸੇ ਵੀ ਜ਼ਮੀਨ ਆਉਣੀ ਉਹ ਵੀ ਤੇ ਸਾਡੇ ਸਾਡੇ ਭਰਾ ਆ ਜੀ ਉਹ ਵੀ ਤੇ ਸਾਡੇ ਭਰਾ ਕੋਈ ਬਾਹਰੋਂ ਤੇ ਨਹੀਂ ਕਿਹਾ ਹੈਗੇ ਉਹਨਾਂ ਦੀ ਵੀ ਜਿਹੜੀ ਜ਼ਮੀਨ ਆਉਣੀ ਆ ਸਰਕਾਰ ਪੈਂਤੜੇ ਖੇਡਦੀ ਆ بڑے ਰੰਗ ਵਿਖਾਉਂਦੀ ਆ ਬੜਾ ਕੁਝ ਇਹਨਾਂ ਨੇ ਸਾੜ ਤੇ ਜਬਰ ਕਰਨ ਦਾ ਡਰੋਨ ਦਾ ਧਮਕਾਉਣ ਦਾ ਬੜਾ ਕੁਝ ਕਰਕੇ ਵੇਖ ਲਿਆ ਆ ਆ ਇੱਕ ਜਿਹੜਾ ਹੁਣ ਇਹਨਾਂ ਨੇ ਆ ਛਾਲ ਕੀਤਾ ਆ ਵੀ ਅਸੀਂ ਜਿਹੜੀ ਜ਼ਮੀਨ ਜਿਹੜੀ ਆ ਉਹ ਪੈਸੇ ਜਿਹੜੇ ਆ ਜੇ ਨਾ ਕਹੀ ਤੇ 15% ਵਿਆਜ ਸਮੇਤ ਕਹਾਂਗੇ ਅਸੀਂ ਤੁਹਾਡੇ ਮਾਦੀਮ ਰਾਹੀਂ ਕਹਿਣਾ ਚਾਹੁੰਦੇ ਆ ਵੀ ਜਥੇਬੰਦੀ ਬਿਲਕੁਲ ਇਹਨਾਂ ਕਿਸਾਨਾਂ ਦੇ ਨਾਲ ਖੜੀ ਆ ਸਾਨੂੰ ਪੁੱਛ ਕੇ ਰਾਹ ਨਹੀਂ ਕੱਢਿਆ ਤੇ ਸਾਨੂੰ ਪੁੱਛ ਕੇ ਹੁਣ ਕੈਂਸਲ ਨਹੀਂ ਕੀ ਕਰਨ ਲੱਗੇ ਜੀ ਬਹੁਤ 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 ਧੰਨਵਾਦ ਗੁਰਪ੍ਰੀਤ ਜੀ ਇਹ ਜਿਹੜਾ ਦਿੱਲੀ ਕਟੜਾ ਹਾਈਵੇ ਹੈ ਇਹ ਚ ਰੁਕਾਵਟ ਕਿਉਂ ਹੋ ਰਹੀ ਹੈ ਤੇ ਕੀ ਜਾ ਰਿਹਾ ਸੀ ਰੁਕਾਵਟ ਬਣ ਰਹੀ ਹੈ ਕਿਸਾਨ ਜਥੇਬੰਦੀ ਔਰ ਜਿਹੜੇ ਗੁਰਦਾਸਪੁਰ ਦੇ ਵਿੱਚ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਸੋ ਉਹਨਾਂ ਵੱਲੋਂ ਇਹ ਰੁਕਾਵਟ ਖੜੀ ਕੀਤੀ ਜਾ ਰਹੀ ਹੈ ਅਸੀਂ ਪਹੁੰਚੇ ਆ ਉਸ ਜਗ੍ਹਾ ਦੇ ਉੱਤੇ ਜਿੱਥੇ ਕਈ ਵਾਰ ਪ੍ਰਸ਼ਾਸਨ ਦੇ ਨਾਲ ਇਹਨਾਂ ਸੰਘਰਸ਼ੀ ਕਿਸਾਨਾਂ ਦਾ ਟਕਰਾਅ ਵੀ ਹੋਇਆ ਹੈ ਬਹੁਤ ਸਾਰੇ ਕਿਸਾਨ ਜਿਹੜੇ ਮੁਆਵਜ਼ਾ ਲੈ ਚ ਔਰ ਉਹ ਤਾਂ ਕਹਿ ਰਹੇ ਨੇ ਕਿ ਸਾਨੂੰ ਕੋਈ ਇਤਰਾਜ਼ ਨਹੀਂ ਸਰਕਾਰ ਨੂੰ ਉਹਨਾਂ ਨੇ ਸਾਰਾ ਕੁਝ ਲਿਖ ਕੇ ਦੇ ਦਿੱਤਾ ਹੈ ਔਰ ਇਵਨ ਇਥੋਂ ਤੱਕ ਉਹਨਾਂ ਨੇ ਜੋ ਕਿਹਾ ਸੀ ਕਿ ਇਹ ਜਿਹੜੇ ਆਗੂ ਜਿਹੜੇ ਬੈਠੇ ਨੇ ਵੀ ਇਹਨਾਂ ਦੀ ਕਿਸੇ ਦੀ ਜ਼ਮੀਨ ਇੱਥੇ 1 ਇੰਚ ਵੀ ਨਹੀਂ ਹੈ ਇਹ ਪਤਾ ਨਹੀਂ ਕਿਉਂ ਵਿਰੋਧ ਕਰ ਰਹੇ ਨੇ ਸਾਡਾ ਵਿਰੋਧ ਨਹੀਂ ਹੈ ਅਸੀਂ ਜ਼ਮੀਨ ਸਰਕਾਰ ਨੂੰ ਦੇ ਦਿਤੀ ਹੈ ਸਾਡੀ ਵੱਲੋਂ ਸਰਕਾਰ ਖਾਲੀ ਕਰਾਵੇ ਨਾ ਕਰਾਵੇ ਹੁਣ ਸਿੱਧ ਦਦੀ ਸਰਕਾਰ ਦੀ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਸੁਨੇਹਾ ਵੀ ਆ ਚੁੱਕਾ ਹੈ ਕਿ ਸ਼ਾਇਦ ਇਸ ਵਿਰੋਧ ਨੂੰ ਵੇਖਦੇ ਹੋਏ ਇਹੀ ਪ੍ਰੋਜੈਕਟ ਕਿਸੇ ਹੋਰ ਜ਼ਿਲ੍ਹੇ ਨੂੰ ਵੀ ਜਾ ਸਕਦਾ ਹੈ ਜੇਕਰ ਕਿਸੇ ਹੋਰ ਜ਼ਿਲ੍ਹੇ ਚ ਚਲਾ ਗਿਆ ਤਾਂ ਇਹ ਦਾ ਕਿਸਾਨਾਂ ਨੂੰ ਜਿੰਨਾ ਮੁਆਵਜ਼ਾ ਲਿਆ ਉਹ ਵਾਪਸ ਪੈਸੇ ਕਰਨੇ ਹੀ ਪੈਣੇ ਨੇ ਪਰ ਉਹ ਪੈਸੇ ਵਿਆਜ ਸਮੇਤ ਦੇਣੇ ਨੇ ਕਿ ਜਾਂ ਉਨੀ ਹੀ ਰਕਮ ਦੇਣੀ ਤੇ ਕਿੱਦਾਂ ਦੇਣੀ ਹੈ ਇਕੱਠੀ ਦੇਣੀ ਹੈ ਇਹ ਤਾਂ ਹੁਣ ਬਾਅਦ ਚ ਪਤਾ ਲੱਗੇਗਾ ਸਰਕਾਰ ਇਹਨਾਂ ਦੇ ਨਾਲ ਬੈਠ ਕੇ ਹੱਲ ਕੀ ਕੱਢਦੀ ਹੈ ਵੇਖਦੇ ਰਹੋ ਹਸਦੀ ਆਵਾਜ਼ ਦਾ ਟੀਵੀ ਐਨਆਰਏ